ਇਸ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇੱਕ ਘਰ ਦੇ ਵਿੱਚ 20 ਤੋਂ 25 ਵਿਅਕਤੀ ਤੇਜ਼ ਧਾਰ ਹਥਿਆਰਾਂ ਦੇ ਨਾਲ ਆ ਵੜੇ ਅਤੇ ਘਰ ਦੀ ਭੰਨ ਤੋੜ ਕੀਤੀ ਅਤੇ ਗਲੀ ਦੇ ਵਿੱਚ ਖੜੇ 2 ਟੈਂਪੂਆਂ ਦੇ ਸ਼ੀਸ਼ੇ ਵੀ ਭੰਨ ਗਏ। ਇਸ ਦੌਰਾਨ ਅੰਦਰ ਪਈ ਬਜ਼ੁਰਗ ਔਰਤ ਦੀ ਵੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿਗੜਵਾਲ ਪਿੰਡ ਦੇ ਰਹਿਣ ਵਾਲੇ ਰਾਮ ਪ੍ਰਕਾਸ਼ ਨੇ ਦੱਸਿਆ ਕਿ 20 ਤੋਂ 25 ਦੇ ਕਰੀਬ ਵਿਅਕਤੀਆਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਤੇਜ਼ ਧਾਰ ਹਥਿਆਰਾਂ ਤੇ ਗੰਡਾਸਿਆਂ ਨਾਲ ਹਮਲਾ ਕੀਤਾ। ਇਸ ਦੌਰਾਨ ਉਹਨਾਂ ਦੀ ਮਾਤਾ ਮਲਕੀਤ ਕੌਰ ਵਿਹੜੇ ਦੇ ਵਿੱਚ ਪਈ ਸੀ ਤੇ ਹਮਲੇ ਦੇ ਚੱਲਦਿਆਂ ਉਹ ਮੰਜੇ ਤੋਂ ਥੱਲੇ ਡਿੱਗ ਗਏ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਸ ਸੰਬੰਧੀ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤ ਦੇ ਬਿਆਨਾਂ ਦੇ ਆਧਾਰ ਤੇ 20 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ। ਮ੍ਰਿਤਕ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ, ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਹ ਹਮਲਾ ਕਿਉਂ ਅਤੇ ਕਿਸ ਨੇ ਕੀਤਾ, ਪੁਲਿਸ ਇਸ ਦਾ ਅਜੇ ਤੱਕ ਪਤਾ ਨਹੀਂ ਲਗਾ ਪਾਈ। ਫਿਲਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। ਰਾਤ ਜੀ ਅਸੀਂ ਸਾਰੇ ਪਰਿਵਾਰ ਘਰੇ ਪਿਆਤੀ, ਬੁੜੀ ਮੇਰੀ ਮਾਤਾ ਜੀ ਵਿਹੜੇ 'ਚ ਪਏ ਤੇ 20-25 ਬੰਦਿਆਂ ਦਾ ਗਰੁੱਪ ਨੇਕਾ ਕਰਨੈਲ ਦਾ ਜੀ ਲੈ ਕੇ ਆ ਗਿਆ। ਗੰਡਾਸਿਆਂ ਨਾਲ ਗੇਟ ਤੋੜ ਤੇ ਬੁਰਾ ਹਾਲ ਕਰਤਾ ਜੀ, ਰੋੜੇ ਰੱਪੇ ਮਾਰੇ, ਖੜਕਾ ਕਰਕੇ ਬੁੜੀ ਦੇ ਮੰਜੇ ਤੋਂ ਥੱਲੇ ਗਿਰ ਗਈ ਜੀ। ਉਹ ਬੇਹੋਸ਼ ਚੱਕੀ ਹੈ ਜੀ, ਉੱਤੇ ਰੋੜੇ ਮਾਰੇ ਗਏ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਨਸਾਫ ਦਿੱਤਾ ਜਾਵੇ ਜੀ। 15-20 ਬੰਦਿਆਂ ਦਾ ਗਰੁੱਪ ਤੀ ਜੀ, 11 ਵਜੇ ਦੇ ਕਰੀਬ ਦੀ ਹੈ ਜੀ ਵਕ ਇਹ। ਟੈਂਪੂ 2 ਟੈਂਪੂ ਤੋੜਤੇ ਜੀ, ਸ਼ੀਸ਼ੇ ਤੋੜਤੇ, 2 ਟੈਂਪੂਆਂ ਦੀਆਂ ਟਾਕੀਆਂ ਤੋੜਤੀਆਂ, ਇੱਕ ਮੱਝ ਦੇ ਡਾਂਗਾ ਮਾਰ ਗਏ ਜੀ, ਚੋਟਾਂ ਮਾਰ ਗਏ, ਬਿਜਲੀ ਵਾਲੇ ਮੀਟਰ ਭੰਨ ਗਏ, ਇੱਕ ਗਵਾਂਢੀਆਂ ਦਾ ਗੇਟ ਤੋੜ ਗਏ, ਗੰਡਾਸੇ ਮਾਰ ਗਏ, ਕੈਮਰੇ ਭੰਨ ਗਏ ਜੀ। ਮਾਤਾ ਦੀ ਮੇਰੀ ਡੈਥ ਹੋ ਗਈ ਜੀ, ਇਨਸਾਫ ਦੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ। ਮਲਕੀਤ ਕੌਰ ਜੀ, ਰਾਮ ਪ੍ਰਕਾਸ਼ ਉਰਫ ਬਾਬਲੀ ਜੀ, ਬਿਗੜਵਾਲ ਜੀ। 11:30 ਵਜੇ ਮੈਨੂੰ ਫੋਨ ਗਿਆ ਵੀ ਐਂ ਕਰਕੇ ਸਾਡੇ ਘਰ ਬੰਦੇ ਮਾਰਨ ਵਾਲੇ ਆ ਗਏ ਇਹਨਾਂ ਦਾ, ਹਾਕਮ ਸਿੰਘ ਦਾ, ਅਤੇ ਮੈਂ ਉਹਦੀ ਆਪਣੇ ਡੈਡੀ ਨੂੰ ਲੈ ਕੇ ਗੱਡੀ ਲੈ ਕੇ ਘਰ ਆਇਆ ਇਹਨਾਂ ਦੇ, ਤਾਂ ਇਹਨਾਂ ਦੇ ਬਾਹਰ 'ਚ ਬਹੁਤ ਹੀ ਜ਼ਿਆਦਾ ਰੋੜੇ ਰੱਪੇ, ਘਰੇ ਗੇਟ ਵੱਡੇ ਪਏ ਅਤੇ ਸਾਡੇ ਆਉਂਦਿਆਂ ਨੂੰ ਮੀਟਰ ਸਰਕਾਰੀ ਉਹ ਭੰਨੇ ਪਏ ਸੀਗੇ, 2 ਗੱਡੀਆਂ ਟੈਂਪੂ ਜਿਹੜੇ ਹੁੰਦੇ ਨੇ ਉਹ ਭੰਨੇ ਪਏ ਅਤੇ ਗਵਾਂਢੀਆਂ ਦਾ ਗੇਟ ਭੰਨਿਆ ਪਿਆ ਸੀਗਾ। ਇਹਨਾਂ ਤੋਂ ਪਤਾ ਕਰਿਆ ਵੀ ਕੀ ਹੋ ਗਿਆ, ਕਹਿੰਦੇ ਐਂ ਕਰਕੇ ਸਾਡੇ 15-20 ਗੁੰਡੇ ਆ ਗਏ ਸਾਡੇ ਮਾਰਨ ਵਾਸਤੇ, ਉਹਨਾਂ ਦਾ ਕੰਮ ਹੀ ਇਹੀ ਹੈਗਾ ਲੋਕਾਂ ਨੂੰ ਪਰੇਸ਼ਾਨ, ਤੰਗ ਪਰੇਸ਼ਾਨ ਕਰਨਾ। ਅਤੇ ਉਸ ਤੋਂ ਬਾਅਦ ਜਦੋਂ ਮੈਂ ਅੰਦਰ ਐਂਟਰ ਕਰਕੇ ਦੇਖਿਆ ਮਾਤਾ ਦਾ ਬੇਹੋਸ਼ ਪਈ ਸੀਗੀ, ਚੱਕ ਕੇ ਅਸੀਂ ਇੱਥੇ ਲਿਆਏ ਹੋਸਪਿਟਲ ਸੁਨਾਮ ਰਾਤ 12 ਵਜੇ, ਤਾਂ ਡਾਕਟਰ ਨੇ ਡੈਥ ਘੋਸ਼ਿਤ ਕਰਤਾ ਉਹਨਾਂ ਨੂੰ। ਅਤੇ ਉਸ ਤੋਂ ਬਾਅਦ ਫਿਰ ਅਸੀਂ ਪਿੰਡ ਪਤਾ ਕਰਿਆ ਵੀ ਕਿਵੇਂ ਆ, ਅਤੇ ਉਸ ਤੋਂ ਬਾਅਦ ਵੀ ਪਤਾ ਲੱਗਿਆ ਪਿੰਡ 'ਚ ਉਹਨਾਂ ਨੇ ਬਹੁਤ ਗੇੜੇ ਦਿੱਤੇ ਨੇ ਮੋਟਰਸਾਈਕਲਾਂ 'ਤੇ। ਕਰੀਬ 11:15 ਵਜੇ ਇੱਕ ਲੜਾਈ ਝਗੜਾ ਹੋਇਆ ਸੀਗਾ ਪਿੰਡ ਵਿਗੜਵਾਲ, ਜਿਹਦੇ ਰਿਗਾਰਡਿੰਗ ਮਲਕੀਤ ਕੌਰ ਜੀ, ਜਿਨ੍ਹਾਂ ਦੀ ਉਮਰ ਕੋਈ 60-70 ਸਾਲ ਹੈਗੀ ਹੈ, ਉਹ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਹੋਏ ਸੀਗੇ, ਬਰਾਊਟ ਡੈੱਡ ਲਿਆਂਦੇ ਗਏ ਸੀਗੇ ਉਹ, ਅਤੇ ਉਹਦੇ ਰਿਗਾਰਡਿੰਗ ਅਸੀਂ ਮਲਕੀਤ ਕੌਰ ਦੇ ਬੇਟੇ ਦੇ ਬਿਆਨ ਦੇ ਉੱਪਰ ਮੁਕੱਦਮਾ ਨੰਬਰ 67 ਜਿਹੜਾ ਅੰਡਰ ਸੈਕਸ਼ਨ 457, 304A, 352 ਐਂਡ ਅਦਰ ਸੈਕਸ਼ਨ ਦੇ ਰਿਗਾਰਡਿੰਗ ਅਸੀਂ ਜਿਹੜਾ ਥਾਣਾ ਸਿਟੀ ਸੁਨਾਮ ਵਿੱਚ ਦਰਜ ਕੀਤਾ, ਅਤੇ ਉਹਦਾ ਪੋਸਟਮਾਰਟਮ ਕਰਾ ਕੇ ਜਿਹੜੀ ਡੈੱਡ ਬੋਡੀ ਹੈ ਵਾਰਸਾਂ ਦੇ ਹਵਾਲੇ ਕੀਤੀ ਹੈ, ਉਹਦੀ ਫਰਦਰ ਤਫਤੀਸ਼ ਜਾਰੀ ਹੈ ਜੀ। ਝਗੜਾ ਥੋੜ੍ਹਾ ਜਿਹਾ ਰਿਪੋਰਟ ਹੋਇਆ ਜੀ, ਬਾਕੀ ਇਹਨੂੰ ਡੀਪਲੀ ਅਸੀਂ ਵੈਰੀਫਾਈ ਕਰ ਰਹੇ ਹਾਂ, ਜਿਵੇਂ ਵੀ ਕੋਈ ਪ੍ਰੋਗਰੈਸ ਹੋਊਗੀ ਤੁਹਾਡਾ